ਅਮਰੇ ਸ਼ਮਰੇ ਹੁੰਦੇ ਰਾਇ ਨੇ। ਹੂੰ। ਕਈ ਮਰ ਜਾਣੇ, ਕਈ ਫਟੜ ਹੋ ਜਾਣੇ। ਅੱਛਾ। ਇਸ ਤਰ੍ਹਾਂ ਕਰਕੇ ਅਸੀਂ ਲਾਸ਼ਾਂ ਦੇ ਉੱਤੋਂ ਵੀ ਅਸੀਂ ਲੰਘ ਕੇ ਆਇਆ ਲਾਸ਼ਾਂ ਦੇ ਉੱਤੋਂ ਵੀ। ਲਾਸ਼ਾਂ ਦੇ ਉੱਤੋਂ ਦੇ। ਲਾਸ਼ਾਂ ਦੇ ਉੱਤੋਂ ਲੰਘ ਕੇ ਆਏ। ਦੀਗਰ ਦਾ ਦਿਨ ਥਾ। ਹਾਂਜੀ। ਜਦੋਂ ਪੱਲਾ ਵੱਜ ਗਿਆ ਪਿੰਡ ਦੇ ਵਿੱਚ। ਪੱਲਾ ਮਤਲਬ ਕੀ? ਪੱਲੇ ਦਾ ਮਤਲਬ ਇਹ ਚਲੋ ਨਿਕਲੋ ਇੱਥੋਂ ਨਿਕਲੋ ਇੱਥੋਂ। ਅੱਛਾ ਢੋਲ ਵੱਜ ਗਿਆ ਸੀ। ਢੋਲ ਵੱਜ ਗਿਆ ਸੀ। ਅੱਛਾ। ਵੀ ਇੱਥੇ ਆਰਡਰ ਦੀ ਰਹਿਣ ਦਾ। ਹੂੰ। ਐ ਤੇ ਤੁਸੀਂ ਲੋਕ ਉਦੋਂ ਦੇ ਆਪਣੇ ਕੰਮਾਂ 'ਚ ਰੁੱਝੇ ਹੋਣੇ ਕੰਮਾਂ ਕੋ ਜਿੱਥੇ-ਜਿੱਥੇ ਵੀ ਥਾ ਉੱਥੋਂ ਦੇ ਭੱਜ ਬਗਿਆ ਕੋਈ ਅੱਛਾ ਸਾਰਾ ਪਿੰਡ ਇਕੱਠਾ ਨਿਕਲਿਆ ਕਿ ਅਲੱਦਾ-ਅਲੱਦਾ ਤੇਰੇ ਚਾਰ ਘਰ ਇਕੱਠੇ تھے ਉਹ ਜਿਹੜੇ ਘਰ ਸਨ ਉਹ ਘਰੋਂ ਨਿਕਲ ਗਏ ਜਿਹੜੇ ਬਾਹਰ ਸਨ ਉਹ ਬਾਹਰੋਂ ਭੱਜ ਗਏ ਇਸ ਤਰ੍ਹਾਂ ਕਰਕੇ ਬਾਰੋ-ਬਾਰ ਹੀ ਨਿਕਲੇ ਬਾਰੋ-ਬਾਰ ਉੱਥੇ ਆਮ ਦਵਾਲੇ-ਦਵਾਲੇ 12 ਪਿੰਡ ਸਨ ਸਾਡੇ ਮੁਸਲਮਾਨਾਂ ਦੇ ਮੁਸਲਮਾਨਾਂ ਦੇ ਮੁਸਲਮਾਨੇ 12 ਅੱਛਾ 12 12 ਵਜੇ ਦਾ ਹੁੰਦਾ ਸੀ 12 ਅੱਛਾ 12 12 ਵਜੇ ਦਾ ਹੁੰਦਾ ਸੀ ਉਹ ਸਾਰੇ ਜਾ ਕੇ ਨਾ ਉੱਠ ਇਕੱਠੇ ਹੋ ਗਏ ਬੜਾ ਸੂਕ ਹੂੰ ਤੇ ਬੜਾ ਸੂਕ ਨਾ ਕੋਲ ਕੋਲ ਆਪਣੇ ਧਾਣੇ ਤੋੜਨੇ ਇੱਕ ਦੂਜੇ ਤੋਂ ਕੰਮ ਲੈਣਾ ਦੇਣਾ ਅੱਛਾ ਵਿਆਹ ਸ਼ਾਦੀ ਦੇ ਵਿੱਚੋਂ ਜਾ ਕੇ ਸਾਮਰ ਹੋ ਜਾਣਾ ਹੂੰ ਇਹ ਕਿੰਨੇ ਕੰਮ ਹੁੰਦੇ ਨੇ ਹਾਂਜੀ ਤੇ ਨਾ ਲੜਾਈ ਸ਼੍ਰੀਕਾ ਕੋ ਨਹੀਂ ਸਰ ਅੱਜ ਕੱਲ ਤੇ ਕੋਈ ਮੰਗੀ ਤੇ ਜਾਂਦਾ ਨਹੀਂ ਉਸ ਵੇਲੇ ਮੰਗੀ ਤੇ ਜਾਂਦੇ ਸੀ ਤੁਸੀਂ ਜਦੋਂ ਕਿਸੇ ਦੀ ਕਣਕ ਮੁੰਦੀ ਵੱਢਣੀ ਹੁੰਦੀ ਸੀ ਆ ਕਣਕ ਮੁੰਦੀ ਵੱਢਣੀ ਉਹ ਵੜ ਜਾਂਦੇ ਉਦੋਂ ਕੀ ਐਲਾਨ ਕਰਦੇ ਸੀ ਪਿੰਡ ਦੇ ਵਿੱਚ ਜਾਂ ਕਿੱਦਾਂ ਹੁੰਦਾ ਸੀ ਤੈਨੂੰ ਆਖ ਦੇਣਾ ਮੈਨੂੰ ਆਖ ਦੇਣਾ ਹੂੰ ਬਸ ਇਸ ਤਰ੍ਹਾਂ 10 ਬੰਦੇ ਜਿੰਨੇ ਵੀ ਬੰਦਿਆਂ ਦੀ ਲੋੜ ਹੋਣੀ ਹਾਂਜੀ ਉਹਨੇ ਅੱਜ ਕੱਲ੍ਹ ਤਾਂ ਕੋਈ ਪੈਸਾ ਲੈ ਕੇ ਤੁਰਦੇ ਨੇ ਉਦੋਂ ਤੇ ਉਹ ਜੀ ਕਹਿੰਦੇ ਐਲਾਨ ਕਰਦੇ ਸੀ ਐਲਾਨ ਕਰ ਦਿੰਦੇ ਚਲੋ ਯਾਰ ਫਰਾਨੀ ਕਣਕ ਵੱਢਣੀ ਹੈ আসসালামু আলাইকুম তাসরিয়া কাল আদাব দোস্তো সব ਦਾ ਪੰਜਾਬ ਦੀ ਟੀਮ ਅੱਜ ਇੱਕ ਨਵੇਂ ਪਿੰਡ ਨਵੇਂ ਬਜ਼ੁਰਗਾਂ ਦੇ ਕੋਲ ਆਈ ਹੈ। ਐਸ ਪਿੰਡ ਦਾ ਨਾਂ ਹੈ ਜੀ ਭੰਗਵਾ। ਗੁਜਰਾਵਾਲਾ ਤਹਿਸੀਲ ਹੁਸ਼ਿਆਰਾ ਬਿਰਕਾਂ ਦੇ ਵਿੱਚ ਇਹ ਪਿੰਡ ਆਂਦਾ ਹੈ। ਐਸ ਟਾਈਮ ਅਸੀਂ ਇੱਥੇ ਮੌਜੂਦ ਹਾਂ ਸਾਨੂੰ ਰਾਹ ਜਾਂਦੇ ਆ ਇੱਕ ਬਜ਼ੁਰਗ ਮਿਲੇ। ਇਹਨਾਂ ਦੇ ਕੋਲੋਂ ਅਸੀਂ ਪੁੱਛਾਂਗੇ ਇਹਨਾਂ ਦੀ ਕਹਾਣੀ। ਆਓ ਮਿਲਦੇ ਇਹਨਾਂ ਦੇ ਨਾਲ ਤੇ ਗੱਲਬਾਤ ਸਾਂਝੀ ਕਰਦੇ ਆ। ਅਸਲਾਮੁਅਲੈਕਮ ਬਜ਼ੁਰਗੋ। ਵਾਲੇਕੁਮ ਸਲਾਮ ਜੀ। ਕੀ ਹਾਲ ਚਾਲ ਹੈ ਤੁਹਾਡਾ? ਅੱਲਾਹ ਦਾ ਆਸਾਨ ਹੈ। ਸ਼ੁਕਰ ਅੱਲਾਹ ਦਾ। ਆਪਣਾ ਪਹਿਲੇ ਬਜ਼ੁਰਗੋ ਆਪਣਾ ਨਾਮ ਦੱਸਣਾ ਮੇਰਾ ਨਾਮ ਵੀਰ ਮੁਹੰਮਦ ਹੈ ਵੀਰ ਮੁਹੰਮਦ ਜੀ ਤੇ ਤੁਹਾਡੇ ਵਾਲਦ ਸਾਹਿਬ ਦਾ ਬਜ਼ਰਦੀਨ ਤੇ ਦਾਦਾ ਜੀ ਦਾ ਬਾਰਿਸ ਬਾਰਿਸ ਕਿਹੜੀ ਭਰਾਦਰੀ ਆਪਣੀ ਡੋਗਰ ਡੋਗਰ ਗੋਤ ਕਿਹੜੀ ਮੱਤੜ ਮੱਤੜ ਐਸ ਟਾਈਮ ਕਿਹੜੇ ਪਿੰਡ ਬੈਠੇ ਆਪਾਂ ਭੰਗਵੀ ਭੰਗਵੀ ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਇਹਦੇ ਪਿੰਡ ਦੇ ਗਾੜਿਆਂ ਵਾਲਾ ਅਗਰ ਮੂਲਾ ਹਾਂਜੀ ਤੇ ਸਾਹੂ ਕੇ ਹੂੰ ਹੂੰ ਚਾਚੋਗੇ ਇਹ ਪਰਾ ਇਧਰ ਕਾਸੰਪੁਰ ਹੋ ਗਿਆ ਸੰਸਟ ਡਾ ਹੋ ਗਿਆ ਮਾਰ ਜੀ ਜੀ ਬੱਲੋ ਕੇ ਸਹੀ ਸਹੀ 5-7 ਮਿੰਟ ਲੱਗਦੇ ਨੇ ਇਧਰ ਮਦਾਰ ਹੋ ਗਿਆ ਹਾਂਜੀ ਆ ਇਹ 5-7 ਮਿੰਟ ਲੱਗ ਅਸੀਂ ਤੁਹਾਡੇ ਕੋਲ ਪੁਰਾਣੀਆਂ ਗੱਲਾਂ ਪੁੱਛਣੀਆਂ ਜੀ ਕਿ ਤੁਹਾਡਾ ਪਿਛਲਾ ਪਿੰਡ ਕਿਹੜਾ ਸੀ ਪਸ਼ੋਕਰ ਪਿਛਲਾ ਪਿੰਡ ਸੀ ਸਾਡਾ ਲੱਧੂਵਾਸ ਲੱਧੂਵਾਸ ਜੀ ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ ਇਹਦੇ ਨਾਲ ਲੱਗਦੇ ਸਨ ਓਗਤ ਹਾਂਜੀ ਭੀਮੜਾ ਹੂੰ ਮਲਖੋਂ ਸਹੀ ਫਰੀਦ ਕਾ ਹੂੰ ਹੂੰ ਸਰਦਾਰੇ ਵਾਲਾ ਸਹੀ ਬਾਮਨ ਵਾਲਾ ਸਹੀ ਹੋ ਗਿਆ ਨੰਗਲ ਹੂੰ ਹੂੰ ਜਾਨੀ ਇਸ ਤਰ੍ਹਾਂ ਪਿੰਡ ਬੋਹਾ ਸਹੀ ਇਹ ਇਹ ਤਹਿਸੀਲ ਕਿਹੜੀ ਸੀ ਤਹਿਸੀਲ ਸੀ ਇਹ ਆਪਣਾ ਫਤਿਆਵਾਦ ਤੇ ਜ਼ਿਲ੍ਹਾ ਇਹਦਾ ਜ਼ਿਲ੍ਹਾ ਇਹਦਾ ਹਸਾਰ ਹਸਾਰ ਸਹੀ ਹੋ ਗਿਆ ਆਪਣਾ ਪਿੰਡ ਕਿੱਡਾ ਕੋ ਸੀ ਪਰ ਸਾਡਾ ਮੇਰਾ ਕਮ ਸੇ ਕਮ 400 ਦੇਲੀ ਹੋਣੀ ਹੈ ਅੱਛਾ 400 ਘਰ ਸੀ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਉੱਥੇ ਬਰਾਦਰੀ ਜੀ ਉੱਥੇ ਡੋਗਰ ਹਾਂਜੀ ਤੇਲੀ ਹੂੰ ਤੇ ਕਿਊੜੇ ਸਹੀ ਤੇ ਆਪਣਾ ਅਈਏ 3-4 ਕੋਮਾ ਹੈ ਸੜ ਅੱਛਾ ਜ਼ਿਆਦਾ ਜ਼ਿਆਦਾ ਗੜ ਸੀ ਉਹ ਲੋਕਾਂ ਦਾ ਸੀ ਰਾਜਪੂਤ ਅੱਛਾ ਹਾਂਜੀ ਅੱਧਾ ਪਿੰਡ ਰਾਜਪੂਤਾਂ ਦਾ ਸੀ ਅੱਛਾ ਰਾਜਪੂਤ ਵੀ ਆ ਸਨ ਹਾਂਜੀ ਅੱਧਾ ਪਿੰਡ ਸੀ ਡੋਗਰਾਂ ਦਾ ਅੱਛਾ ਅੱਛਾ ਬਾਕੀ ਬਾਕੀ ਕਮੀ ਜ਼ਮੀਨ ਵੀ ਸੀ ਸਾਡਾ ਜ਼ਮੀਨ ਦੇ ਮਾਲਕ ਤੇ ਰਾਜਪੂਤ ਤੇ ਡੋਗਰ ਹੀ ਹੋਣਗੇ ਹਾਂਜੀ ਸਹੀ ਹੋ ਗਿਆ ਲੰਬੜਦਾਰੀਆਂ ਕਿੰਨੀਆਂ ਸੀ ਪਿੰਡ ਦੀਆਂ ਲੰਬੜਦਾਰੀਆਂ ਸਨ 2 ਹੂੰ ਇੱਕ ਦਿਨ ਆਸੀ ਹਿਆਤਬਖਸ਼ ਸਹੀ ਇੱਕ ਦਿਨ ਆਸੀ ਬਦਰਦੀਨ ਤੇ ਡੋਗਰਾਂ ਦਾ ਕਿਹੜਾ ਸੀ ਤੇ ਰਾਜਪੂਤਾਂ ਦਾ ਕਿਹੜਾ ਸੀ ਹਿਆਤਬਖਸ਼ ਡੋਗਰਾਂ ਦਾ ਸੀ ਹਾਂਜੀ ਤੇ ਜਿਹੜਾ ਬਦਰ ਨਹੀਂ ਸੀ ਉਹ ਡੋਗਰਾਂ ਦੇ ਸੀ ਆ ਆਪਣਾ ਰਾਜਪੂਤਾਂ ਦਾ ਅਛਾ ਰਾਜਪੂਤਾਂ ਦਾ ਸੀ ਸਹੀ ਹੋ ਗਿਆ ਆਪਣੀ ਉਥੇ ਜਿਹੜਾ ਜ਼ਮੀਨ ਸੀ ਜੀ ਪਿੰਡ ਦੇ ਕਿਹੜੇ ਬੰਨੇ ਸੀ ਜ਼ਮੀਨ ਤਾਂ ਇਸ ਪਾਸੇ ਲੰਦੇ ਪਾਸੇ ਲੰਦੇ ਪਾਸੇ ਲੰਦੇ ਪਾਸੇ ਕਿੰਨੀ ਜ਼ਮੀਨ ਸੀ ਉੱਥੇ ਜ਼ਮੀਨ ਸੀ ਸਾਡੀ ਮੇ 22 23 ਕਿੱਲੇ ਸਨ 22 23 ਕਿੱਲੇ ਸਨ ਸਹੀ ਹੋ ਗਿਆ ਸਭ ਨਾਲੋਂ ਜ਼ਿਆਦਾ ਪਿੰਡ ਦੇ ਵਿੱਚ ਜ਼ਮੀਨ ਕਿਹੜੇ ਬੰਦੇ ਦੀ ਸੀ ਸਭ ਨਾਲੋਂ ਜ਼ਿਆਦਾ ਪਿੰਡ ਸੀ ਆਪਣਾ ਜਮਾਲਦੀਨ ਦੀ ਜਮਾਲਦੀਨ ਜਮਾਲਦੀਨ ਸ਼ਾਹਬਦੀਨ ਕਮਾਲਦੀਨ ਤਿੰਨੇ ਭਰਾ ਸਨ ਡੋਗਰ ਸਨ ਡੋਗਰ ਸਨ ਸਹੀ ਹੈ ਸਮਝ ਤੇ ਬੈਠੇ ਨੇ ਅੱਛਾ ਸਮਝ ਤੇ ਡੇ ਜੀ ਹਾਂ ਸਹੀ ਹੋ ਗਿਆ ਅੱਛਾ ਬਜ਼ੁਰਗੋ ਇਹ ਦੱਸਣਾ ਕਿ ਜਿਹੜਾ ਤੁਹਾਡਾ ਪਿੰਡ ਸੀ ਇਹਦੇ ਵਿੱਚ ਮਸਜਿਦਾਂ ਕਿੰਨੀਆਂ ਸੀ ਮਸਜਿਦਾਂ ਸਨ ਦੋ ਦੋ ਮਸਜਿਦਾਂ ਦੋ ਮਸਜਿਦਾਂ ਪੱਕੀਆਂ ਸੀ ਕਿ ਕੱਚੀਆਂ ਸੀ ਪੱਕੀਆਂ ਪੱਕੀਆਂ ਸੀ ਪੱਕੀਆਂ ਲੈਂਦੀ ਸਾਈਡ ਤੇ ਸੀ ਕਿ ਚੜ੍ਹਦੀ ਸਾਈਡ ਤੇ ਇਹ ਤਾਂ ਐਸਾਈਡ ਤੇ ਸੀ ਹਾਂਜੀ ਇੱਕ ਐਸਾਈਡ ਤੇ ਸੀ ਅੱਛਾ ਦੱਖਣ ਪਹਾੜ ਦੱਖਣ ਪਹਾੜ ਸਹੀ ਹੋ ਗਿਆ ਤੁਹਾਡਾ ਘਰ ਦਾ ਨਕਸ਼ਾ ਤੁਹਾਨੂੰ ਪਤਾ ਹੈ ਕਿਵੇਂ ਦਾ ਸੀ ਘਰ ਸਾਡੇ ਪਹਾੜ ਤੇ ਘਰ ਦਾ ਨਕਸ਼ਾ ਸਾਨੂੰ ਪਤਾ ਹੈ ਸਾਡੇ ਘਰ ਦਾ ਨਕਸ਼ਾ ਬੰਨੋਂ ਗਲੀ ਆਉਂਦੀ ਸੀ ਹਾਂਜੀ ਗਲੀ ਫਿਰ ਅੰਜ ਪਰਤ ਦੀ ਸੀ ਹੂੰ ਅੰਜ ਪਰਤ ਕੇ ਤੇ ਅਗਲੇ ਪਾਸੇ ਸਾਡਾ ਘਰ ਸੀ ਕਿੰਨੇ ਕਮਰੇ ਸੀ ਉਹਦੇ ਕਮਰੇ ਸਾਡੇ ਸਨ ਤਿੰਨ ਤਿੰਨ ਕਮਰੇ ਦੇ ਤਿੰਨ ਕਮਰੇ ਪੱਕਾ ਕਰ ਸੀ ਕਿ ਕੱਚਾ ਸੀ ਕੱਚਾ ਅੱਛਾ ਕੱਚਾ ਸੀ ਅੱਛਾ ਪਿੰਡ ਦੇ ਵਿੱਚ ਪੱਕੇ ਮਕਾਨ ਕਿੰਨਾ ਦੇ ਸਨ ਪੱਕੇ ਮਕਾਨ ਇੱਕ ਤਾਂ ਰਾਜਪੂਤਾਂ ਦਾ ਸੀ ਹੂੰ ਕਿ ਕੱਚੇ ਪੱਕੇ ਹੀ ਸਨ ਕਿ ਕੱਚਾ ਸੀ ਜਿਹਦੇ ਪੱਕਾ ਸੀ ਸਕੂਲ ਹੈ ਸੀ ਪਿੰਡ ਦੇ ਵਿੱਚ ਨਹੀਂ ਸਕੂਲ ਕੋਈ ਨਹੀਂ ਕਿੱਥੇ ਪੜਨ ਜਾਂਦੇ ਸੀ ਬਾਲ ਸਕੂਲ ਸਾਡੇ ਪਿੰਡ ਵਾਲ ਜਾਂਦੇ ਸਨ ਪਰ ਨੰਗਲ ਸੀ ਪਿੰਡ ਹੂੰ ਨਾਲ ਹਾਂਜੀ ਉੱਥੇ ਅਚੋਥੇ ਪੜਦੇ ਸੀ ਜੀ ਤੁਸੀਂ ਪੜੇ ਆਪਣੇ ਦੌਰ ਨੀ ਮੈਂ ਨਹੀਂ ਪੜਿਆ ਅਚਾ ਤੁਸੀਂ ਨਹੀਂ ਪੜੇ ਤੁਹਾਡੇ ਬਜ਼ੁਰਗ ਖੇਤੀ ਕਰਦੇ ਸੀ ਖੇਤੀ ਸਹੀ ਹੋ ਗਿਆ ਖੇਤੀ ਕਰਨੀ ਵਪਾਰ ਕਰ ਲੈਣਾ ਟੱਕਿਆਂ ਬੱਚਿਆਂ ਦਾ ਅੱਛਾ 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 ਜੀ ਤੇ ਇਹ ਜਿਹੜੇ ਉੱਥੇ ਦੂਸਰੀ ਜਾਤ ਦੇ ਰਹਿੰਦੇ ਸੀ ਲੋਕ ਉਹਨਾਂ ਦਾ ਨਾਂ ਪਤਾ ਨਾਂ ਦਾ ਮੋਟਾ-ਮੋਟਾ ਨਾਂ ਦਾ ਜਿਹੜੇ ਮੋਟੇ-ਮੋਟੇ ਉਹ ਦੱਸ ਦਿਓ ਫਰੋਜ਼ ਹਮ ਜਮਾਲਦੀਨ ਹਮ ਸ਼ਾਹਦੀਨ ਸਹੀ ਫਾਜ਼ਲਦੀਨ ਹਾਂਜੀ ਤੇ ਆਪਣਾ ਜਾਲਾ ਹੂੰ ਤੇ ਫਿਰ ਬਦਰਦੀਨ ਫਿਰ ਰਹਿਮਤ ਸਹੀ ਫਿਰ ਬੁਸ਼ਾਰਤ ਫਿਰ ਅਬਦੂ ਤੇ ਅਲੀ ਸਹੀ ਤੇ ਜਿਹੜੇ ਚੁਮਾਰ ਸੀ ਰਹਿੰਦੇ ਉਥੇ ਉਹਨਾਂ ਦਾ ਨਾਮ ਪਤਾ ਅਛਾ ਉਹਨਾਂ ਦਾ ਕਿਸੇ ਦਾ ਨਹੀਂ ਪਤਾ ਹੋਰ ਕਿਸੇ ਬਰਾਦਰੀ ਦਾ ਨਹੀਂ ਸੀ ਪਤਾ ਹੋਰ ਕਿਸੇ ਸਹੀ ਹੋ ਗਿਆ ਤੁਹਾਡੀ ਉਮਰ ਉਸ ਵੇਲੇ ਕਿੰਨੀ ਸੀ ਉਮਰ ਜੀ ਮੇਰੀ ਤੈਨੂੰ ਮੈਂ ਦੱਸ ਦਿੰਨਾ ਮੇਰਾ ਖਿਆਲ ਹੈ 12 13 ਸਾਲ ਦੀ ਉਮਰ ਸੀ ਮੇਰੇ ਡੰਗਰ ਚਾਰਦੇ ਹੁੰਦੇ ਸਨ ਅੱਛਾ ਜੀ ਜ਼ਮੀਨ ਕਿੱਦਾਂ ਦੀ ਸੀ ਤੁਹਾਡੇ ਇਲਾਕੇ ਦੀ ਜ਼ਮੀਨ ਸਾਡੀ ਬਰਾਂਡ ਦੀ ਜ਼ਮੀਨ ਨੂੰ ਮੋਟੀ ਸੀ ਕੀ ਕੁਝ ਉਗਦਾ ਸੀ ਉੱਥੇ ਉੱਥੇ ਚਨੇ ਹਾਂਜੀ ਬਾਜਰਾ ਹੂੰ ਗੁਆਰਾ ਸਹੀ ਸੁਣ ਗਿਆ ਇਸ ਤਰ੍ਹਾਂ ਦਾ ਅਨਾਜ ਉਹੀ ਜੀ ਇਹ ਸੀ ਖੂਹ ਵਗੈਰਾ ਲੱਗੇ ਸੀ ਖੂਹ ਹਿਸਣ ਇੱਕ ਦੋ ਖੂਹ ਜਾਨਾ ਕੀ ਨਾਂ ਸੀ ਖੂਹਾਂ ਦਾ ਖੂਹਾਂ ਦੇ ਨਾਂ ਦਾ ਨਹੀਂ ਤੁਹਾਡੀ ਜ਼ਮੀਨ 'ਚ ਲੱਗਾ ਸੀ ਖੂਹ ਨਾ ਸਾਡੀ ਨਮੀਂਤ ਨਹੀਂ ਸੀ ਸਹੀ ਹੋ ਗਿਆ ਉੱਥੇ ਮੇਲਾ ਸ਼ੇਲਾ ਵੀ ਲੱਗਦਾ ਸੀ ਕੋਈ ਦਰਬਾਰ ਵਗੈਰਾ ਮੇਲਾ ਕੋਈ ਸੀ ਨਾਲ ਦੇ ਪਿੰਡਾਂ 'ਚ ਨਾਲ ਦੇ ਪਿੰਡਾਂ 'ਚ ਇੱਧਰ ਸੀ ਇੱਕ ਪਿੰਡ ਸਾਤੋਕੂ 15 20 ਕੋ ਹਾਂਜੀ ਕਲਾਣਾ ਪਿੰਡ ਸੀ ਉਹ ਉੱਥੇ ਮੇਲਾ ਲੱਗਦਾ ਸੀ ਅੱਛਾ ਬਾਬਾ ਪਾਰਾ ਮੇਲਾ ਬੋੜਾ ਪਾਰਾ ਮੇਲਾ ਲੱਗਦਾ ਸਹੀ ਹੋ ਗਿਆ ਅੱਛਾ ਬਜ਼ੁਰਗੋ ਪੇਨ ਦੇ ਵਿੱਚ ਕਵੇਂ ਦਾ ਰਹਿਣ ਸਹਿਣ ਸੀ ਤੁਹਾਡੇ ਸਾਰਿਆਂ ਦਾ ਆਪਸ 'ਚ ਬੜਾ ਰਸੂਖ ਹੂੰ ਤੇ ਬੜਾ ਰਸੂਖ ਨਾਲ ਖੋਲ ਕੇ ਆਪਣੇ ਧਿਆਨੇ ਤੋੜਨੇ ਇੱਕ ਦੂਜੇ ਤੋਂ ਕੰਮ ਲੈਣਾ ਦੇਣਾ ਅੱਛਾ ਵਿਆਹ ਸ਼ਾਦੀ ਦੇ ਵਿੱਚ ਜਾ ਕੇ ਸ਼ਾਮਲ ਹੋ ਜਾਣਾ ਹੂੰ ਐਸੇ ਜੇ ਕੰਮ ਹੁੰਦੇ ਨੇ ਹਾਂਜੀ ਤੇ ਲੜਾਈ ਸ਼੍ਰੀਕਾ ਕੋ ਨਹੀਂ ਸਰ ਅੱਜ ਕੱਲ ਤੇ ਕੋਈ ਮੰਗੀ 'ਚ ਜਾਂਦਾ ਨਹੀਂ ਉਸ ਵੇਲੇ ਮੰਗੀ 'ਚ ਜਾਂਦੇ ਸੀ ਤੁਸੀਂ ਜਦੋਂ ਕਿਸੇ ਦੀ ਕਣਕ ਮੁੰਦੀ ਵੱਢਣੀ ਹੁੰਦੀ ਸੀ ਆ ਕਣਕ ਮੁੰਦੀ ਵੱਢਣੇ ਉਹ ਵੜ ਜਾਂਦੇ ਸੀ ਉਦੋਂ ਕੀ ਐਲਾਨ ਕਰਦੇ ਸੀ ਪਿੰਡ ਦੇ ਵਿੱਚ ਜਾਂ ਕਿੱਦਾਂ ਹੁੰਦਾ ਸੀ ਤੈਨੂੰ ਆਖ ਦੇਣਾ ਮੈਨੂੰ ਆਖ ਦੇਣਾ ਹੂੰ ਬਸ ਇਸ ਤਰ੍ਹਾਂ 5 10 ਬੰਦੇ ਜਿੰਨੇ ਜਿੰਨੀਆਂ ਬੰਦਿਆਂ ਦੀ ਲੋੜ ਹੋਣੀ ਹਾਂਜੀ ਉਹਨੇ ਅੱਜ ਕੱਲ ਤੇ ਕੋਈ ਪੈਸਾ ਲੈ ਕੇ ਤੁਰਦੇ ਨੇ ਉਦੋਂ ਤੇ ਉਹਨਾਂ ਜੀ ਕਹਿੰਦੇ ਐਲਾਨ ਕਰਦੇ ਸੀ ਐਲਾਨ ਕਰ ਦਿੰਦੇ ਚਲੋ ਯਾਰ ਫਰਾਂ ਨਹੀਂ ਕਣਕ ਵੜਣੀ ਹੈ ਹੂੰ ਵੜਾਂ ਅੱਛਾ ਵੜ ਹੁੰਦੇ ਸੀ ਨਾ ਕੋਈ ਪੈਸਾ ਨਾ ਕੋਈ ਟੱਕਾ ਨਾ ਬੜੀ ਗੱਲ ਹੈ ਕਿਸੇ ਨੇ ਚੰਗੀ ਰੋਟੀ ਖਵਾ ਦੇਣੀ ਗੋਸ਼ਤ ਲੈ ਆਣਾ ਫਿਰ ਸਾਡੇ ਰਿਵਾਜ ਸੀ ਸ਼ੱਕਰ ਦੇ ਵਿੱਚ ਘਿਓ ਪਾ ਦੇਣਾ ਅੱਛਾ ਇਸ ਤਰ੍ਹਾਂ ਦਾ ਰਵਾਜ ਸੀ ਸਾਡੇ ਆਪਣੀ ਕੋਈ ਹੋਸ ਤੇ ਵਿਆਹ ਸ਼ਾਦੀ ਵੇਖੀ ਉੱਥੇ ਮੈਂ ਨਹੀਂ ਵੇਖੀ ਵਿਆਹ ਸ਼ਾਦੀ ਅੱਛਾ ਉੱਥੇ ਨਹੀਂ ਗਈ ਸੀ ਨਾਲ ਸਿੱਖਾਂ ਦੇ ਪਿੰਡ ਕੋਈ ਯਾਦ ਆ ਜਿਨ੍ਹਾਂ ਦਾ ਨਾਂ ਹੋਵੇ ਕੋਈ ਸਿੱਖਾਂ ਆ ਫਿਰ ਤਾਂ ਸਿੱਖਾਂ ਦੇ ਪਿੰਡਾਂ ਦਾ ਨਾਂ ਮੰਦਰ ਹਾਂਜੀ ਇਹ ਤਾਲ ਵਾਲਾ ਹਾਂਜੀ ਗੰਡੂਆਂ ਹੂੰ ਗਾਦਰ ਸਹੀ ਕੀ ਨੇ ਅੱਛਾ ਆ ਇਹ ਸਾਰੇ ਸਿੱਖਾਂ ਦੇ ਸੀ ਸਿੱਖਾਂ ਦੇ ਨਾਲ ਸਹੀ ਹੋ ਗਿਆ ਅੱਛਾ ਬਜ਼ੁਰਗੋ ਪਿੰਡ ਦੇ ਵਿੱਚ ਜਦੋਂ ਉਜਾੜਿਆਂ ਦੀ ਹਵਾ ਚੱਲੀ ਉਸ ਵੇਲੇ ਤੁਹਾਡੇ ਲੋਕਾਂ ਨੂੰ ਕਿੱਦਾਂ ਪਤਾ ਚੱਲਿਆ ਜਾਂ ਤੁਹਾਡੇ ਪਿੰਡ ਉਤੇ ਹਮਲਾ ਹੋਇਆ ਕੋਈ ਸਾਡੇ ਪਿੰਡ ਤੇ ਜੀ ਹਮਲਾ ਕੋਈ ਨਹੀਂ ਸੀ ਆਇਆ ਹੂੰ ਡੀਗਰ ਦਾ ਦਿਨ ਥਾ ਹਾਂਜੀ ਜਦੋਂ ਪੱਲਾ ਵੱਜ ਗਿਆ ਪਿੰਡ ਦੇ ਵਿੱਚ ਪੱਲਾ ਮਤਲਬ ਕੀ ਉੱਲੇ ਦਾ ਮਤਲਬ ਇਹ ਚਲੋ ਨਿਕਲੋ ਇੱਥੋਂ ਨਿਕਲੋ ਇੱਥੋਂ ਅੱਛਾ ਢੋਲ ਵੱਜ ਗਿਆ ਸੀ ਢੋਲ ਵੱਜ ਗਿਆ ਸੀ ਅੱਛਾ ਵੀ ਇੱਥੇ ਆਰਡਰ ਹੀ ਰਹਿਣ ਦਾ ਹੂੰ ਤੇ ਤੁਸੀਂ ਲੋਕ ਉਦੋਂ ਦੇ ਆਪਣੇ ਕੰਮਾਂ 'ਚ ਰੁੱਝੇ ਹੋਣੇ ਕੰਮਾਂ ਕੋ ਜਿੱਥੇ-ਜਿੱਥੇ ਵੀ ਥਾ ਉੱਥੋਂ ਦੇ ਭੱਜ ਬਗਿਆ ਕੋਈ ਅੱਛਾ ਸਾਰਾ ਪਿੰਡ ਇਕੱਠਾ ਨਿਕਲਿਆ ਕਿ ਅਲੱਦਾ-ਅਲੱਦਾ ਜਿਹੜੇ ਚਾਰ ਘਰ ਇਕੱਠੇ تھے ਉਹ ਜਿਹੜੇ ਘਰ ਸਾਨੂੰ ਘਰੋਂ ਨਿਕਲ ਗਏ ਜਿਹੜੇ ਬਾਹਰ ਸਾਨੂੰ ਬਾਹਰੋਂ ਭੱਜ ਗਏ ਇਸ ਤਰ੍ਹਾਂ ਕਰਕੇ ਬਾਰੋ-ਬਾਰ ਹੀ ਨਿਕਲੇ ਬਾਰੋ-ਬਾਰ ਹੀ ਕੋਈ ਸਮਾਨ ਵਗੈਰਾ ਆਪਣਾ ਚੁੱਕਿਆ ਪਈ ਨਹੀਂ ਸਮਾਨ ਵਗੈਰਾ ਕੀ ਇਹ ਕੋਈ ਦੂਂ ਡੰਗਾ ਦਾ ਆਟਾ ਚੁੱਕ ਲਿਆ ਹੋਣਾ ਕਿਸੇ ਨੇ ਹੋਰ ਕੀ ਹੈ ਹੂੰ ਹੂੰ ਇਸ ਤਰ੍ਹਾਂ ਹੀ ਮੇਰੀ ਮਾਂ ਆ ਮੇਰਾ ਪਿਓ ਨੇ ਦੋ ਪ੍ਰਾਂਤ ਅੱਛਾ ਕੋਈ ਸ਼ੈ ਨਹੀਂ ਸੀ ਚੁੱਕੀ ਕੋਈ ਸ਼ੈ ਨਹੀਂ ਸੀ ਕੋਈ ਸ਼ੈ ਨਹੀਂ ਸੀ ਸਿਰਫ ਆਪਣੀ ਮਾਂ ਲੈ ਸੰ ਚੁੱਕੀ ਮਾਂ ਨੂੰ ਲੈਂਦਾ ਸੀ ਮਾਂ ਨੂੰ ਲੈਂਦਾ ਸੀ ਐਨਾ ਐਨਾ ਕਬਰਾਂ 'ਚ ਆ ਕੇ 7 ਮਹੀਨੇ ਬਾਕੇ ਪਾਉਤੋ ਓਏ ਹੋਏ 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 ਸਭ ਤੋਂ ਵੱਡੀ ਚੀਜ਼ ਸੀ ਮਾਂ ਹੀ ਉਹਨੂੰ ਲੈ ਜਾਂਦਾ ਉਹਨੂੰ ਲੈ ਜਾਂਦਾ ਬੜੀ ਵਧੀਆ ਗੱਲ ਹੈ ਜੀ ਅੱਛਾ ਬਜ਼ੁਰਗੋ ਹੁਣ ਦੱਸੋ ਜਦੋਂ ਤੁਸੀਂ ਉੱਥੋਂ ਨਿਕਲੇ ਹੋ ਕਿਹੜੇ ਪਾਸੇ ਜਾ ਕੇ ਬੈਠੇ ਤੁਸੀਂ ਕੈਂਪ ਤੁਹਾਡਾ ਕਿੱਥੇ ਲੱਗਾ ਸਾਡਾ ਕੈਂਪ ਲੱਗਾ ਐਸ ਪਾਸੇ ਇਹ ਸੇਮ ਨਾਲੀ ਸੀ ਹਾਂਜੀ ਉਹ ਸੇਮ ਨਾਲੀ ਲੰਘ ਕੇ ਤੇ ਅਗਲੇ ਅਗਲੇ ਪਿੰਡਾਂ ਦੇ ਕਿਹੜਾ ਪਿੰਡ ਸੀ ਜਿੱਥੇ ਕੈਂਪ ਲੱਗਾ ਸੀ ਅਲੀ ਕੇ ਅਲੀ ਕੇ ਅਲੀ ਕੇ ਤੇ ਆਪਣਾ ਉਹ ਪਿੰਡਾਂ ਦੇ ਨਾਂ ਹੀ ਪੁੱਲ ਭੱਲ ਗਏ ਆ ਹੂੰ ਹੂੰ ਅਲੀ ਕੇ ਖੋਮਰੇ ਐਲੀ ਅੱਛਾ ਇਹੇ ਜੇ ਪਿੰਡਾਂ ਦਾ ਨਾਮ ਸੀ ਉੱਥੇ ਕੈਂਪ ਲੱਗਾ ਸੀ ਜੀ ਸਾਰਾ ਪਿੰਡ ਤੁਹਾਡਾ ਉੱਥੇ ਜਾ ਕੇ ਬਹਿ ਗਿਆ ਉੱਥੇ ਆਮ ਦਾਰੇ-ਦਾਰੇ 12 ਪਿੰਡ ਸਨ ਸਾਡੇ ਮੁਸਲਮਾਨਾਂ ਦੇ ਮੁਸਲਮਾਨਾਂ ਦੇ ਮੁਸਲਮਾਨੇ 12 ਅੱਛਾ 12 12 ਵਜ ਦਾ ਹੁੰਦਾ ਸੀ 12 ਅੱਛਾ 12 12 ਵਜ ਦਾ ਹੁੰਦਾ ਸੀ ਉਹ ਸਾਰੇ ਜਾ ਕੇ ਨਾ ਉੱਥੇ ਇਕੱਠੇ ਹੋ ਗਏ ਸਹੀ ਹੋ ਗਿਆ ਤੇ ਜਦੋਂ ਬਜ਼ੁਰਗ ਤੁਸੀਂ ਉੱਥੇ ਬੈਠੇ ਹੋ ਜਾ ਕੇ ਕੈਂਪ 'ਚ ਜੀ ਕਿੰਨੇ ਦਿਨ ਉੱਥੇ ਰਹੇ ਉੱਥੇ ਸਾਨੂੰ ਕੰਮ ਸੇ ਕਾਮਾ ਕੋਈ ਨਾ ਵੀ ਦਿਨ ਬੈਠ ਰਹੇ ਹੋਗੇ ਤੁਸੀਂ ਦੇ ਘਰੋਂ ਕੋਈ ਛੈ ਨਹੀਂ ਸੀ ਲਗਿਆ ਕੀ ਮਿਲਦਾ ਸੀ ਖਾਣ ਨੂੰ ਖਾਣ ਨੂੰ ਬਸ ਅੱਲਾ ਹੀ ਵਾਰਿਸ ਥਾ ਅੱਲਾ ਹੀ ਦੰਦਾ ਹੂੰ ਹਾਂ ਉੱਥੇ ਕੈਂਪ ਦੇ ਵਿੱਚ ਹਮਲਾ ਸ਼ਮਲਾ ਹੋਇਆ ਕੋਈ ਆਮੜੇ ਸ਼ਮਲੇ ਹੁੰਦੇ ਰਹਿੰਦੇ ਹੂੰ ਕਈ ਮਰ ਜਾਣੇ ਕਈ ਫੱਟੜ ਹੋ ਜਾਣੇ ਅੱਛਾ ਇਸ ਤਰ੍ਹਾਂ ਕਰਕੇ ਅਸੀਂ ਲਾਸ਼ਾਂ ਦੇ ਉੱਤੋਂ ਦੀਆਂ ਅੰਨੇ ਲੰਘ ਕੇ ਆਈਆਂ ਲਾਸ਼ਾਂ ਦੇ ਉੱਤੋਂ ਵੀ ਲਾਸ਼ਾਂ ਦੇ ਉੱਤੋਂ ਲੰਘ ਕੇ ਆਏ ਜਦੋਂ ਕੈਂਪ ਦੇ ਵਿੱਚ ਸੀ ਉਦੋਂ ਨੰਗੇ ਹੋ ਆ ਕਿ ਰਸਤੇ ਦੇ ਵਿੱਚ ਰਸਤੇ 'ਚ ਅੱਛਾ ਹੁਣ ਤੁਹਾਡਾ ਆਇਆ ਦੱਸੋ ਕਿ ਜਦੋਂ ਤੁਸੀਂ ਉੱਥੇ ਕੈਂਪ 'ਚ ਬੈਠੇ ਸੀ ਜੀ ਮਹੀਨਾ ਪੂਰਾ ਰਹੇ ਉੱਥੇ ਉਸ ਤੋਂ ਬਾਅਦ ਤੁਹਾਨੂੰ ਕੀ ਗੱਡੀ 'ਚ ਆਏ ਹੋ ਜਾਂ ਤੁਰਦੇ ਆਏ ਤੁਰਦੇ ਤੁਰਦੇ ਆਏ ਅਸੀਂ ਕਿਸੇ ਗੱਡ ਹੁੰਦੀ ਸੀ ਕਿਸੇ ਕੋਲੇ ਊਠ ਸੀ ਕਿਸੇ ਕੋਲੇ ਖੋਤਾ ਘੋੜਾ ਸੀ ਇਸ ਤਰ੍ਹਾਂ ਅਸੀਂ ਆਏ ਆ ਬੀਕਾਂ ਨੇੜੇ ਤੇ ਕਰ ਅੱਛਾ ਤੁਰਦੇ ਤੁਰਦੇ ਉਹ ਜਿਹੜਾ ਸਫਰ ਸੀ ਤੁਰਨ ਦਾ ਕਿੰਨੇ ਦਿਨ ਜਾਰੀ ਰਿਹਾ ਉਹ ਮੇਰਾ ਖਿਆਲ ਆ ਕਾਫੀ ਚਿਰ ਜਾਰੀ ਰਿਹਾ ਜਿੱਥੇ ਰਾਤ ਪੈਣੀ ਉੱਥੇ ਬਹਿ ਜਾਣਾ ਅੱਛਾ ਰਸਤੇ ਦੇ ਵਿੱਚ ਜਦੋਂ ਤੁਰਦੇ ਸੀ ਜੀਹ ਕੋਈ ਸਿੱਖਾਂ ਦੇ ਜਾਂ ਹਿੰਦੂਆਂ ਦੇ ਦੂਸਰਾ ਆ ਕੇ ਜੱਥਾ ਕੋਈ ਹਮਲਾ ਕਰਦਾ ਸੀ ਪਿੰਡ ਆਉਂਦੇ ਸਨ ਅੱਗੇ ਹੂੰ ਉਹ ਇਨੇ ਮੁਲਕ ਨੂੰ ਵੇਖ ਕੇ ਨਾ ਪਿੰਡ ਲਾਮੇ ਹੋ ਜਾਂਦੇ ਸਨ ਅੱਛਾ ਬਾਹਰ ਨਿਕਲ ਜਾਂਦੇ ਤੁਹਾਡੇ ਨਾਲ ਕੋਈ ਫੌਜ ਸੀ ਨਾ ਕੋਈ ਫੌਜ ਨਹੀਂ ਸੀ ਆਪ ਹੀ ਤੁਰਦਾ ਸੀ ਕਾਫਲਾ ਹਾਂ ਕੋਈ ਫੌਜ ਨਹੀਂ ਸੀ ਜਾਂ ਤੁਹਾਡੇ ਕਾਫਲੇ ਕੋ ਹਥਿਆਰ ਹੈ ਸਨ ਹਾਂ ਹਥਿਆਰ ਹੈ ਸਨ ਅੱਛਾ ਹਥਿਆਰ ਹੈ ਸਨ ਹੂੰ ਹੂੰ ਤੇ ਸਾਡਾ ਜਿਹੜਾ ਗਾਫਲਾ ਸੀ ਨਾ ਹਾਂਜੀ ਸਾਡੇ ਗਾਫਲੇ ਦਾ ਬੜਾ ਦਾਬਾ ਸੀ ਹੂੰ 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 ਵਿਜੇਂ ਦੇ ਕੋਲੋਂ ਲਾਂਗੇ ਕਿ ਕਰੇ ਕੀ ਬਣ ਜਾਣਾ ਅੱਛਾ ਇੰਨਾ ਆਵਾਮ ਕੁੱਠੀ ਹੋਈ ਸੀ ਇੰਨੀ ਆਵਾਮ ਕੁੱਠੀ ਰਹੀ ਸੀ ਸਹੀ ਹੋ ਗਿਆ ਤੇ ਹੁਣ ਥੋੜਾ ਦੱਸੋ ਕਿ ਜਦੋਂ ਰਸਤੇ 'ਤੇ ਤੁਰਦੇ ਹੁੰਦੇ ਸੀ ਕੀ ਕੁਝ ਵੇਖਦੇ ਸੀ ਤੁਸੀਂ ਆਹੀ ਆ ਫਸਲਾਂ ਫੋਸਲਾਂ ਹੀ ਨਹੀਂ ਆ ਫਸਲਾਂ ਦੇ ਹੈਗੀਆਂ ਸੀ ਜਦੋਂ ਤੁਸੀਂ ਕਹਿੰਦੇ ਹੋ ਨਾ ਲਾਸ਼ਾਂ ਦੇ ਉੱਤੋਂ ਦੀ ਹਾਂ ਉਹ ਕਿੱਥੋਂ ਤੁਸੀਂ ਵੇਖਿਆ ਉਹ ਲਾਸ਼ਾਂ ਸੜਕ ਹੁੰਦੀ ਸੜਕ ਜਾਂਦੇ ਨੇ ਪੈ ਕੇ ਸੜਕ ਹਾਂਜੀ ਉਹ ਸੜਕ ਦੇ ਵਿੱਚ ਲਾਸ਼ਾਂ ਪਈਆਂ ਹੁੰਨੀਆਂ ਉਹ ਮੁਸਲਮਾਨਾਂ ਦੀਆਂ ਸੀ ਮੁਸਲਮਾਨਾਂ ਦੀਆਂ ਕੋਈ ਸਿੱਖਾਂ ਨਹੀਂ ਆਛਾ ਫਸਲਾਂ ਕਰਕੇ ਨਾ ਉੱਤੋਂ ਹੀ ਲੰਘਣਾ अच्छा ਉਥੋਂ ਨੰਗ ਜਾਣਾ ਜੀ ਸਹੀ ਹੋ ਗਿਆ ਤੁਹਾਡੇ ਪਿੰਡ ਦੇ ਬੰਦੇ ਮਰੇ ਕੋਈ ਸਾਡੇ ਪਿੰਡ ਦੇ ਬੰਦੇ ਵੇਖੋ ਕੋਈ ਚੰਦ ਮਰੇ ਹੋਣਗੇ ਮੈਨੂੰ ਪੱਕਾ ਪਤਾ ਕੋਈ ਪੱਕਾ ਪਤਾ ਨਹੀਂ ਸਹੀ ਹੋ ਗਿਆ ਤੁਸੀਂ ਫਿਰ ਉਥੋਂ ਜਦ ਕਾਫਲਾ ਤੁਰਿਆ ਤੁਹਾਡਾ ਜੀ ਕਿੰਨੇ ਦਿਨਾਂ ਚ ਇੱਥੇ ਪਹੁੰਚੇ ਹੋ ਅਸੀਂ ਆ ਗਏ ਆ ਬੀਕਾਨੇਰ ਹੂੰ ਬੀਕਾਨੇਰੋ ਜਨਾਬ ਜਿਹੜਾ ਨਾ ਸਾਡਾ ਡੰਗਰ ਬੱਛਾ ਸੀ ਸਾਡੇ ਕੋਲ ਹਾਂਜੀ ਗੱਡੀ ਉਹ ਉਥੇ ਛੜਵਾਤੇ ਨੇ ਕਿਹਨੇ ਛੜਵਾਇਆ ਗੌਰਮੈਂਟ ਨੇ ਅੱਛਾ ਗੌਰਮੈਂਟ ਨੇ ਉਥੇ ਖੋਲੇ ਨੇ ਅੱਛਾ ਮੁੜ ਕੇ ਬਾਹਤਾ ਸਾਨੂੰ ਗੱਡੀ ਹੂੰ ਗੱਡੀ ਪਹਿਲਾਂ ਮੁਕਤ ਇੱਕ ਗੱਡੀ ਮੁਕਤ ਪਾਈ ਰੇਲ ਗੱਡੀ ਰੇਲ ਗੱਡੀ ਤੇ ਮੁੜ ਕੇ ਜੀ 5 ਰੁਪਏ ਜੀ ਲਾਤਾ ਅੱਛਾ ਹਾਂ ਇਸ ਤਰ੍ਹਾਂ ਕਰਕੇ ਨਾ ਫਿਰ ਅਸੀਂ ਬਾਪਲਪੁਰਾ ਰਾਤ ਤੇ ਰਾਤ ਅੱਛਾ ਗੱਡੀ ਸਹੀ ਆਈ ਤੁਹਾਡੀ ਗੱਡੀ ਸਾਡੀ ਸਹੀ ਆਈ अच्छा बहावलपुर पहुंचे बहावलपुर पहुंचे ओथों जनाब सानू ਥਲੇ ਲਾਤਾ ਹਮ ਲੋਬਿਓ ਤੁਹਾਡਾ ਪਾਕਿਸਤਾਨ ਹੈ ਹਮ ਜਾਓ ਤੁਸੀਂ ਤੇ ਇਧਰ ਇਧਰ ਅਕੂ ਅਕੂ ਜੜੇ ਇੰਤਜਾਮੀਏ ਸਨ ਹਾਂਜੀ ਉਹਨਾਂ ਭਾਈ ਸਾਨੂੰ ਬਿਸਮਿਲਾ ਕਰਕੇ ਆਓ ਭਾਈ ਉਹ ਆਓ ਭਾਈਓ ਅੰਨ ਪਾਣੀ ਦਿੱਤਾ ਪਾਣੀ ਛਾਣੀ ਦਿੱਤਾ ਉਹਨਾਂ ਨੇ ਅੱਛਾ ਸੁਣ ਗਿਆ ਬੜੀ ਸારી ਸੇਵਾ ਕੀਤੀ ਅਮੀਆ ਕੀ ਅੱਛਾ ਅੱਛਾ ਨਹੀਂ ਨਹੀਂ ਜੋਗੇ ਇਸਨ ਫੇਰ ਤੁਸੀਂ ਬਾਵਲਪੁਰ ਤੋਂ ਇਥੋਂ ਕਿੰਨਾ ਦੂਰ ਹੈ ਹਾਂਜੀ ਹਾਂ ਬਾਵਲਪੁਰੋਂ ਜਨਾਬ ਕੋਈ ਕਿਧਰੇ ਖੇਡਰ ਗਿਆ ਕੋਈ ਕਿਧਰੇ ਖੇਡਰ ਗਿਆ ਕੋਈ ਕਿਧਰੇ ਖੇਡਰ ਗਿਆ ਤੁਸੀਂ ਉੱਥੋਂ ਇੱਥੇ ਕਿਦਾਂ ਆਏ ਕਿਹੜੇ ਕਿਹੜੇ ਪਿੰਡਾਂ 'ਚ ਬੈਠੇ ਆ ਕੇ ਫਿਰ ਇੱਥੇ ਕਿਵੇਂ ਤੁਹਾਡਾ ਮਸਤਕਲ ਦੂਸਰਾ ਤੁਸੀਂ ਰਹੇ ਇੱਥੇ ਸਾਡਾ ਜਿਹੜਾ ਸਾਡੇ ਪਿੰਡ ਦਾ ਸਰਕੋਪ ਸੀ ਨਾ ਹਾਂਜੀ ਉਹ ਇੱਥੇ ਆ ਗਿਆ ਕੀ ਨਾਂ ਸੀ ਉਹਦਾ ਉਹਦਾ ਨਾਂ ਸੀ ਫਰੋਜ਼ਾ ਫਜਫਰੋਜ਼ਾ ਹਾਂਜੀ ਇੱਥੇ ਆ ਕਾਸਮਪੁਰ ਹੈ ਹੂੰ ਏ ਇੰਦਸਤਾਨ ਤੋਂ ਲੈ ਕੇ ਨਾ ਇਹ ਖਰ ਲੈਨੇ ਅੱਛਾ ਇਹਨਾਂ ਨਾਲ ਕੋਈ ਪਿਆਰ ਮੁਹੱਬਤ ਥਾ ਪਹਿਲੂ ਹੀ ਪਹਿਲੂ ਹੀ ਇੰਦਸਤਾਨ ਤੋਂ ਲੈ ਕੇ ਅੱਛਾ ਇਹ ਉਧਰ ਜਾਂਦੇ ਸ਼ਿਕਾਰ ਕੱਢਣ ਹੰਰਨਾ ਦਾ ਹਨ ਮੜਾ ਅੱਛਾ ਹਨ ਮੜਾ ਹੀ ਸਾਡੇ ਹਨ ਮੜਾ ਸ਼ਿਕਾਰ ਕਹਿਦੇ ਮਹੀਨਾ ਮਹੀਨਾ ਅੱभी ਵੀ ਰਹਿੰਦੇ ਤੁਹਾਡੇ ਕੋਲ ਕਿ ਜੰਗਲ ਸੀ ਤੁਹਾਡੇ ਉੱਥੇ ਕੋਈ ਆਹੋ ਜੰਗਲੀ ਹਸਾਬ ਥਾ ਅੱਛਾ ਤੇ ਉੱਥੇ ਰਹਿਣ ਆਇਆ ਨੇ ਫਿਰ ਉਹਦੀ ਵਜ੍ਹਾ ਤੋਂ ਅਸੀਂ ਇੱਧਰ ਆ ਗਏ ਅੱਛਾ ਇੱਧਰ ਆਏ अच्छा तो फिर इठे आके ਤੁਹਾਨੂੰ ਤੁਹਾਡੀ ਜ਼ਮੀਨ ਮਿਲੀ ਹਾਂਜੀ ਕਿੰਨੀ ਜ਼ਮੀਨ ਪਈ ਜ਼ਮੀਨ ਸਾਨੂੰ ਪਈ ਐ ਬਾਈ ਕਿਤੇ ਪੂਰੇ ਮਿਲ ਗਏ ਪੂਰੇ ਮਿਲ ਸਭਾਈ ਪੂਰੇ ਮਿਲੇ ਤੁਹਾਨੂੰ ਹੁਣ ਕਦੀ ਪਿੰਡ ਵੇਖਣ ਨੂੰ ਜੀ ਕੀਤਾ ਤੁਹਾਡਾ ਪਿੰਡ ਤਾਂ ਜੀ ਦੇਖ ਤਾਂ ਲਾਵਾਂਗੇ ਪਿੰਡ ਦੀ ਤੇ ਕੋਈ ਨਹੀਂ ਹਾਂਜੀ ਤੇ ਬਾਕੀ ਉਹ ਬੰਦੇ ਨਹੀਂ ਟੱਕਰਦੇ ਸਾਡੇ ਆਣਦੇ ਨਹੀਂ ਅਗਰ ਤੁਹਾਡੇ ਨਾਲ ਜਿਹੜੇ ਉੱਥੇ ਕੋਈ ਬਾਲ ਖੇលਦੇ ਸੀ ਜੀ ਜੀ ਉਹਨਾਂ ਦਾ ਨਾਮ ਪਤਾ ਕੋਈ ਤੁਹਾਨੂੰ ਨਾਂ ਦਾ ਜਿਹੜੇ ਦੂਸਰੇ ਕਮਾਂ ਦੇ ਸਨ ਆਹੋ ਨਾਂ ਦਾ ਪਤਾ ਹੈ ਹੂੰ ਕੀ ਨਾਮ ਸੀ ਭੁੱਲ ਪਲ ਜਾਂਦੇ ਆ ਕੋਈ ਇਹਦਾ ਪੱਕਾ ਪਤਾ ਨਹੀਂਗਾ ਹੂੰ ਤੇ ਜਿਹੜੇ ਚਮਾਰ ਸੀ ਉਮਰੀ ਉਮਰੀ ਲੰਗੀ ਹੈ ਅਸੀਂ 80 85 ਸਾਲ ਥੋੜੇ ਨਹੀਂ ਹੁੰਦੇ ਨਹੀਂ ਨਹੀਂ ਬਹੁਤ ਜ਼ਿਆਦਾ ਤੇ ਇਨਸਾਨ ਭੁੱਲ ਜਾਂਦਾ ਹੈ ਹਾਂਜੀ ਹਾਂਜੀ ਤੇ ਉਂਝ ਦੂਸਰਾ ਅਗਰ ਤੁਸੀਂ ਜਾਣਾ ਚਾਹੋ ਜਾਂ ਤੁਹਾਨੂੰ ਉਥੇ ਕੋਈ ਪਿੰਡ ਵਹੋਣਾ ਚਾਹੇ ਤੁਹਾਡਾ ਜੀ ਕਰਦਾ ਵੇਖਣ ਨੂੰ ਕਿ ਜੰਮਣ ਪਉ ਮਾ ਸਾਡੀ ਜੰਮਣ ਪਉ ਤਾਂ ਕਿਹੜਾ ਦਿਲ ਕਰਦਾ ਸਹੀ ਗੱਲ ਹਾਂਜੀ ਉਹ ਜੇ ਅਗਰ ਤੁਸੀਂ ਤੁਹਾਨੂੰ ਛੱਡ ਦਿੱਤਾ ਜਾਏ ਪਿੰਡ ਤੋਂ ਬਾਹਰ ਤੁਸੀਂ ਆਪਣਾ ਘਰ ਲੱਭ ਸਕਦੇ ਜਾ ਬਿਲਕੁਲ ਲੱਭ ਲਾਂਗੇ ਜੇ ਉਹ ਨਕਸ਼ੇ ਹੋਏ ਤੇ ਜੇ ਸਾਡੇ ਵਾਲੇ ਨਕਸ਼ੇ ਹੋਏ ਨਾ ਫੇਰ ਮੈਂ ਲੱਭ ਲੂੰਗਾ ਕਿ ਭਈ ਭੰਨ ਫੋੜ ਕੇ ਨਵਾਂ ਦਵਾਰੇ ਬਣਾ ਲੋਕਾਂ ਨੇ ਇਹਨਾਂ ਨੇ ਬਣਾ ਲੇ ਹਾਂਜੀ ਇਸ ਤਰ੍ਹਾਂ ਨਹੀਂ ਫਿਰ ਨਹੀਂ ਪਤਾ ਲੱਗ ਸਹੀ ਹੋ ਗਿਆ ਹਾਂਜੀ ਤੇ ਤੁਸੀਂ والدہ ਨੂੰ ਤੁਸੀਂ ਦੱਸਿਆ ਆਪਣੀ ਦਾਦੀ ਨੂੰ ਜੀ ਚੁੱਕ ਕੇ ਇੱਥੇ ਲਿਆਏ ਜੀ ਉਹ ਫਿਰ ਬਿਮਾਰ ਹੋ ਗਏ ਸਨ ਇੱਥੇ ਆ ਕੇ ਹਾਂਜੀ ਜੀ ਫਿਰ ਉੰਗਰ ਸੀ ਅੱਛਾ ਆ ਬਡੇਰੀ ਸੀ ਹੂੰ ਹੂੰ ਤੇ ਇੱਥੇ ਅਜ ਫੋਟ ਹੋ ਗਏ ਸਹੀ ਹੋ ਗਿਆ ਸਹੀ ਹੋ ਗਿਆ ਠੀਕ ਹੋ ਗਿਆ ਬਜ਼ੁਰਗੋ ਬੜਾ ਵਧੀਆ ਲੱਗਿਆ ਤੁਹਾਡਾ ਨਾਲ ਗੱਲਬਾਤ ਕਰਕੇ ਬਹੁਤ ਮਿਹਰਬਾਨੀ ਸਬਸ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ